ਡਾਕਟਰ ਗੁਰਤੇਜ ਸਿੰਘ ਦੀ ਮਿੰਨੀ ਕਹਾਣੀ ਹੈ ਠੋਕਰ। ਪਾਪਾ ਜੀ, ਕਿਤਾਬਾਂ ਅਤੇ ਪ੍ਰੈਕਟੀਕਲ ਫਾਈਲਾਂ ਲਈ ਮੈਨੂੰ 15,000 ਰੁਪਏ ਚਾਹੀਦੇ ਹੈ। ਸ਼ਹਿਰ ਡਾਕਟਰੀ ਦੀ ਪੜ੍ਹਾਈ ਕਰ ਰਹੇ ਜਗਤਾਰ ਸਿੰਘ ਦੇ ਮੁੰਡੇ ਗੈਰੀ ਨੇ ਕੰਨ ਨਾਲੋਂ ਫੋਨ ਲਾਉਂਦਿਆਂ ਕਿਹਾ, ਕੋਈ ਨਾ ਪੁੱਤ ਲੈ ਜਾਈ, ਮੈਂ ਸ਼ਹਿਰੋਂ ਸੇਠ ਜੀ ਕੋਲੋਂ ਲੈ ਕੇ ਦੇ ਦਾਂਗਾ। ਜੇ ਤੈਨੂੰ ਥੋੜ੍ਹੀ ਵਿਹਲ ਆ ਤਾਂ ਖੇਤ ਕਣਕ ਵੱਖ ਕਰ ਰਹੀ ਕੰਬਾਈਨ ਕੋਲ ਚਲਾ ਜਾ, ਮੈਂ ਮੰਡੀ 'ਚ ਕਣਕ ਲਾਹ ਆਵਾਂ। ਮਰੇ ਮਨ ਨਾਲ ਗੈਰੀ ਖੇਤ ਵੱਲ ਤੁਰ ਪਿਆ। ਗਰਮੀ ਅਤੇ ਧੂੜ ਨੇ ਉਹਦਾ ਬੁਰਾ ਹਾਲ ਕਰ ਦਿੱਤਾ ਸੀ। ਉਹਨੇ ਜਿਹਨੇ ਉਹਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਸੀ ਕਿ ਮੇਰੇ ਪਾਪਾ ਇਹ ਸਾਰਾ ਕੁਝ ਕਿਵੇਂ ਕਰਦੇ ਹੈ, ਮੈਂ ਉਂਝੀ ਉਹਨਾਂ ਦੀ ਮਿਹਨਤ ਦੀ ਕਮਾਈ ਪੁੱਠੇ ਕੰਮਾਂ 'ਚ ਉਡਾ ਰਿਹਾ। ਇਹਨਾਂ ਸੋਚਾਂ 'ਚ ਖੁਬੇ ਹੋਏ ਉਹਦੇ ਪੈਰ ਨੂੰ ਵੱਟ ਦੀ ਠੋਕਰ ਇੰਨੀ ਜ਼ੋਰ ਦੀ ਲੱਗੀ ਕਿ ਉਹਦੀ ਸੋਚਾਂ ਦੀ ਲੜੀ ਟੁੱਟ ਗਈ। ਘਰ ਆ ਕੇ ਉਹਨੇ ਆਪਣੇ ਪਾਪਾ ਨੂੰ ਕਿਹਾ, ਪਾਪਾ ਜੀ, ਮੈਂ 5,000 ਰੁਪਏ ਨਾਲ ਹੀ ਕੰਮ ਚਲਾਉਣ ਦੀ ਕੋਸ਼ਿਸ਼ ਕਰਾਂਗਾ, ਜੇ ਲੋੜ ਪਈ ਫਿਰ ਮੰਗ ਲਾਂਗਾ। ਜਗਤਾਰ ਸਿੰਘ ਉਹਦੀ ਇਸ ਅਚਾਨਕ ਬਦਲੀ ਹੋਈ ਰਾਏ ਨੂੰ ਸਮਝਣ ਤੋਂ ਅਸਮਰਥ ਸੀ। ਧੰਨਵਾਦ।